ਕਿਸੇ ਗਮੇ ਤੇਰੀ ਹਾਏ ਨਾਏ ਆਲੀਆ ਫਰਮਾਇਆ ਮੇਰਾ ਅੱਲਾ ਹੁਣ ਦੀਨ ਬਚ ਗਿਆ ਈ ਨਾ ਬਿਰਾ ਪਹਿਚਾਣਿਆ ਨਾ ਧੀਆਂ ਪਹਿਚਾਣ ਬਲੋ ਬਲੋ ਕਿਸੇ ਗਮੇ ਛਾਏ ਦੋਵੇਂ ਧੀਆਂ ਕੁਰਾਨ ਬੰਦ ਕੀਤਾ ਮੁਨਾਸਿਬ ਮਕਾਮ ਤੇ ਰੱਖਿਆ ਟੁਰਦੀਆਂ ਆਈਆਂ ਬਹੁਤ ਬਿਰਾਵਾਂ ਦੀ ਆਲੀਆ ਨੂੰ ਭੁੱਲ ਗਈ ਵਤਨ ਹਲਿਓ ਜਦੋਂ ਦੋਵੇਂ ਧੀਆਂ ਮੁੰਡੇ ਤੇ ਹੱਥ ਰੱਖ ਕੇ ਆਖਿਆ ਮੰਗ ਜ਼ਈਫਾ ਕੇ ਦੇਵਾਂ ਇਹ ਜਾਫਰ ਏ ਤਿਆਰ ਦਾ ਘਰ ਹੈ ਇਹ ਉਹਨੂੰ ਮੁਹੰਮਦ ਦਾ ਘਰ ਹੈ ਬਿਸਮਿਲ੍ਲਾ ਬਾਬਾ ਬਿਸਮਿਲ੍ਲਾ ਕਿਸੇ ਗਮੇ ਜਾਏ ਨਾ ਯਾਦ ਬੀਬੀ ਆਦੀ ਏ ਮੇਰੀਆਂ ਧੀਆਂ ਮੈਂ ਮੰਗਣ ਵਾਲੀ ਨਾ ਓ ਮੈਂ ਤੁਹਾਡਾ ਕੁਰਾਨ ਸੁਣਨਾ ਈ ਕਿਤਨਾ ਸੋਹਣਾ ਕੁਰਾਨ ਪੜਦੀਆਂ ਕੋਈ ਨਾ ਰੋਵੇ ਜਿਹੜਾ ਮਾਂ ਦੀ ਝੋਲੀ ਚ ਮਜ਼ਾਦਾਰ ਏ ਵੱਡੀ ਖੜੀ ਰਹੀਏ ਨਿੱਕੀ ਕੋਲ ਬਹਿ ਗਈਏ ਮੁੰਡੇ ਤੇ ਹੱਥ ਰੱਖਿਆ ਦੀਏ ਕੁਰਾਨ ਸੁਣਨਾ ਯਾ ਤੇ ਦੋ ਸਾਲ ਪਹਿਲੇ ਆਵੇ ਬੀਬੀਆਂ ਦੀਏ ਪਹਿਲੇ ਆਵਾਂ ਤੇ ਕੇ ਹੋਵਿਆ ਬੱਚਿਆ ਦੀਏ ਸਾਡਾ ਸੁਣਿਆ ਈ ਕਦੇ ਸਾਡੀ ਅੰਮਾ ਦਾ ਲਹਿਜਾ ਸੁਣਿਆ ਓ ਜਦੋਂ ਸਾਡੀ ਅੰਮਾ ਪੜਦੀਆਂ ਸਾਡਾ ਨਾਨਾ ਲੁਕ ਲੁਕ ਕੇ ਕੁਰਾਨ ਸੁਣਦਾ ਬੋਲੋ ਬਾਬਾ ਅਲਜ਼ਮਤੁਲਿਲਾ ਫਦਾ ਕਾਬੀ ਵਾ ਉਮੀ ਯਾ ਬਾਬਦਿਲਾ ਮੈਂ ਲਖਵਰੀ ਬਾਬਾ ਮੈਂ ਕਿਸੇ ਗਮ ਮੇ ਜਾਏ ਨਾ ਆਇਆ ਦਾਦਾ ਯੂਸਫਕਾਰ ਭਾਈ ਕਿਸੇ ਗਮ ਮੇ ਜਾਏ ਨਾ ਆਇਆ ਦਾਦਾ ਹਾਏ ਹਾਏ ਦੋ ਵੇਣ ਹੋਰ ਆਂਸੂ ਤੇ ਚਾਰ ਮੇਰੇ ਹਿੱਸੇ ਦੇ ਆ ਗਏ ਇਸੇ ਨੂੰ ਮਜਲਿਸ ਥੋੜਾ ਜਿਹਾ ਇੱਕੋ ਖੋਲਣਾ ਥੋੜਾ ਜਿਹਾ ਬੀਬੀਆਂ ਦੀ ਮੇਰੀਆਂ ਧੀਆਂ ਮੈਂ ਤੇ ਕੁਰਾਨ ਸੁਣਨ ਆਈਆਂ ਕੁਝ ਨਹੀਂ ਚਾਹੀਦਾ ਵੱਡੀ ਖੜੀ ਰਹੀ ਨਿੱਕੀ ਕੋਲ ਬਹਿ ਗਈ ਇਹਨੇ ਮੇਰੀ ਸੈਣ ਦੇ ਗੱਲ ਚ ਵਹੀ ਪਾਈਆਂ ਆਦੀ ਜ਼ਈਫਾ ਖੁੱਲ ਕੇ ਮੰਗ ਮੇਰੇ ਘਰ ਕਿਸੇ ਸ਼ਾਇਦ ਦੀ ਕਮੀ ਤੇ ਕੋਈ ਨਹੀਂ ਮੈਂ ਮੁਲਕ ਦੇ ਮੈਂਬਰ ਤੇ ਆਪਣੇ ਸਾਹਮਣੇ ਬੰਦਾ ਨਹੀਂ ਵੇਖਿਆ ਜਿੰਦੀ ਹਾਏ ਨਾ ਨਿਕਲੇ ਜਦੋਂ ਕਮੀ ਦਾ ਨਾਮ ਆਏ ਆਲੀਆ ਜੀ ਦੇ ਗੱਲ ਚ ਬਹੀ ਪਾ ਕੇ ਆਦੀਏ ਜੇ ਕਮੀ ਨਹੀਂ ਤੇ ਦਰਵਾਜ਼ੇ ਬੰਦ ਕਿਉਂ ਹੈ ਬੱਚਿਆ ਦੀ ਜ਼ਈਫਾ ਇਹ ਕਮੀ ਤੋਂ ਬੰਦ ਨਹੀਂ ਇਹ ਮਜਬੂਰੀ ਤੋਂ ਬੰਦ ਨੇ ਸਾਡੇ ਮਾਮਿਆਂ ਦੇ ਘਰ ਮਾਮੇ ਰਾਖ ਗਏ ਨਾਲ ਸਾਡੀ ਅੰਮਾ ਵੀ ਗਈ ਹੋਈ ਏ ਮੈਂ ਪਹਿਲਾ ਜੁਮਲਾ ਮਾਤਮ ਦਿਆ ਦਾ ਪਿਆ ਆਲੀਆ ਫਰਮਾਇਆ ਕੋਈ ਮਾਮਿਆਂ ਦੀ ਖਬਰ ਕੋਈ ਮਾਂ ਦੀ ਖਬਰ ਬੱਚਿਆ ਦੀ ਜ਼ਈਫਾ ਖਬਰਾਂ ਡਾਡੀਆਂ ਆਈਆਂ ਪਹਿਲੀ ਖਬਰ ਆਈ ਏ ਮਾਮੇ ਮਾਰੇ ਗਏ ਤੇ ਦੂਜੀ ਖਬਰ ਆਈ ਏ ਮਾਂ ਰੱਸੀਆਂ ਪਾ ਕਦੇ ਇਸ ਬਾਜ਼ਾਰ ਕਦੇ ਉਸ ਬਾਜ਼ਾਰ ਕਦੇ ਉੱਥੇ ਨਿਰਵਾ ਕਦੇ ਉੱਥੇ ਪੇਸ਼ੀ ਮੇਰੀ ਸੈਣ ਅਸਮਾਨ ਨਾਲ ਮੂੰਹ ਕਰਕੇ ਆਦੀ ਤੇਰਾ ਦੀਨ ਬਚ ਜਾਏ ਨਸਲ ਵੀ ਮੁਖਾਂ ਆਈਆਂ ਦੀਆਂ ਵੀ ਨਹੀਂ ਪਹਿਚਾਣਿਆ ਸਿਰਫ ਦੋ ਵੈਣ ਤੇ ਮੈਂਬਰ ਹਵਾਲੇ ਮੇਰੀ ਸੈਣਾ ਦੀ ਜਾਓ ਮੇਰੀ ਦੀ ਪੜ ਕੁਰਾਨ ਕਿਤਨਾ ਸੋਹਣਾ ਕੁਰਾਨ ਪੜਦੀ ਹੈ ਮੈਂ ਤਾਂ ਕੁਰਾਨ ਸੁਣਨ ਆਈ ਹਾਂ ਬੱਚੀ ਆਦੀ ਅੰਮਾ ਤੋਂ ਸਿੱਖਿਆ ਸਾਡੀ ਅੰਮਾ ਇਨ ਸੋਹਣਾ ਕੁਰਾਨ ਪੜਦੀ ਆਈ ਰੋਂਦੀ ਰਹੀ ਆਲੀਆ ਮਿੱਟੀ ਤੇ ਬਹਿ ਗਈ ਵੱਡੀ ਵੀ ਕੁਰਾਨ ਖੋਲਿਆ ਨਿੱਕੀ ਵੀ ਖੋਲਿਆ ਮੈਂ ਨੱਜਦੇ ਦਿਨ ਦੀ ਕਸਮ ਹੈ ਵੱਡੀ ਪੰਜ ਆਇਤਾਂ ਪੜੀਆਂ ਨਿੱਕੀ ਦੇ ਹੰਝੂ ਕੁਰਾਨ ਤੇ ਆ ਪਏ ਵੱਡੀ ਆਦੀ ਹੈ ਪੜਨਾ ਕੁਰਾਨ ਕੁਰਾਨ ਸੁਣਨ ਬੈਠੀ ਆਦੀ ਹੈ ਭੈਣ ਮੇਰੇ ਵਸ ਚ ਨਹੀਂ ਰਿਹਾ ਤੈਂ ਨਹੀਂ ਵੇਖਿਆ ਮੈਂ ਵੇਖਿਆ ਉਹ ਬੁਲੈਂਦੀ ਆਈ ਉਹਦੇ ਸਰ ਵਿੱਚ ਰਾਤ ਵਹਿੰਦੀ ਆ ਇੰਜ ਲੱਗਦਾ ਹੈ ਉਹਨੂੰ ਕੋਈ ਮਾਰਦਾਰੀ ਆਏ ਜਾਂ ਦਰਵਾਜ਼ੇ ਤੋਂ ਵਹਿਣਾ ਹੈ ਮੇਰੇ ਮੁੱਕ ਗਏ ਮਾਰ ਉਹ ਫਿਰਾਵਾਂ ਦੇ ਜਦਾਂ ਸ਼ਾਮ ਗਰੀਬ ਆਇਆ ਮੇਰਾ ਲਹਿ ਗਿਆ ਗਾਜ਼ੀ ਮਰਹਬਾ 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 ਅਲਜ਼ਮਤੁਲਿਲਾ ਜੀ ਬਾਬਾ
जी मैं हजार वारी आखा किसे गमे जाए ना आए आजादार कोई जबर नहीं कोई जबर नहीं दिल बनी तकरीबा ते हाय करी रोना है अपनी आकबत लई शबीर ते कोई एहसान नहीं अल्लाह गवाह है आजादारा जनाब अब्दुल्ला औन मोहम्मद दे बाबा ओ आसमान नाल रोवण वाले आजादार मुर्शिद औन मोहम्मद दे बाबा ए गल दियां करदियां पईयां या कोलों गुजरन जनाब आलिया दे बेरा नहीं पहचानिया ते चुप रहिए मगर बहुत फिरावां दी आलियां भूल गई बाजार दरबार भूल गए जदों वारिस धीआं दे सामने आके आके ओ मेरियां धीआं सवालण बूए ते बैठी होई तेरी हाय नहीं निकली आलियान बाजार भूल गए चादर लहाई सी अब्दुल्ला जेब च हाथ पाया है दिरम कट के याद आए ना दिमाग हर कोई नहीं जितनी जरूरत ही चाल है आलिया दिए उस वेले किथे आए जदों मैं चादर मंगदी रही चाचे जाया सुजान मैं जैनबा जैनब दा नाम आए अब्दुल्ला दिन सार जख्मी क्यों आई आलिया रो कया दिए मैं पत्थर झले बाजारा वेच इना हथा वेच रसिया पाके मैं बोलिया ना जख्मी दिया आली दिया पुरसा कबूल और मंजूर।